ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਹੀ ਰਹੇ ਹੋ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਟਿੰਡਾ ਵੱਲੋਂ ਕੁਝ ਦਿਨ ਪਹਿਲਾਂ 13 10 2020 ਨੂੰ ਇੱਕ ਸ਼ਡਿਊਲ ਪਾਇਆ ਗਿਆ ਸੀਗਾ ਉਸ ਸ਼ਡਿਊਲ ਦੇ ਤਹਿਤ ਪੀਐਮਆਰਐਸ ਪੀਟੀਯੂ ਵੱਲੋਂ ਇਹ ਦੱਸਿਆ ਗਿਆ ਸੀ ਕਿ ਜਿੰਨੇ ਵੀ ਰੀਪੇਅਰ ਐਗਜ਼ਾਮੀਨੇਸ਼ਨ ਨੇ ਚਾਹੇ ਉਹ ਕਿਸੇ ਵੀ ਸਮੈਸਟਰ ਦੇ ਹੋਣ ਉਹ 4 ਨਵੰਬਰ 2020 ਤੋਂ ਸਟਾਰਟ ਹੋ ਰਹੇ ਹਨ ਔਰ ਜਿੰਨੇ ਵੀ ਵਿਦਿਆਰਥੀ ਹਨ ਜਿਨ੍ਹਾਂ ਨੇ ਆਲਰੇਡੀ ਰੀਪੇਅਰ ਦੇ ਐਗਜ਼ਾਮ ਭਰੇ ਹੋਏ ਹਨ ਉਹਨਾਂ ਨੂੰ ਦੁਬਾਰਾ ਰੀਪੇਅਰ ਦੇ ਐਗਜ਼ਾਮ ਭਰਨ ਦੀ ਜ਼ਰੂਰਤ ਨਹੀਂ ਹੈ ਹੁਣ ਇਹ ਪੇਪਰ ਜਿਹੜੇ ਹਨ ਉਹ ਕੌਣ ਕੌਣ ਵਿਦਿਆਰਥੀ ਦੇ ਸਕਦੇ ਸਨ ਪਹਿਲਾਂ ਉਹ ਵਿਦਿਆਰਥੀ ਜਿਹੜੇ ਇਵਨ ਸੈਮੈਸਟਰ ਤੋਂ ਓਡ ਸੈਮੈਸਟਰ ਦੇ ਵਿੱਚ ਜਿਹੜੇ ਨੇ ਪ੍ਰੋਮੋਟ ਕੀਤੇ ਗਏ ਸਨ ਔਰ ਜਿੰਨੇ ਵੀ ਇਹ ਪੇਪਰ ਹਨ ਇਹ ਸਾਰੇ ਆਫਲਾਈਨ ਮੋਡ ਰਹੀ ਜਿਵੇਂ ਪਹਿਲਾਂ ਕਾਲਜਸ ਦੇ ਵਿੱਚ ਹੁੰਦੇ ਸੀ ਉਹ ਉਸੇ ਤਰੀਕੇ ਨਾਲ ਲਏ ਜਾਣਗੇ ਇਸੇ ਲੜੀ ਦੇ ਤਹਿਤ ਐਮ ਆਰ ਐਸ ਪੀਟੀਯੂ ਵੱਲੋਂ ਇੱਕ ਨਵਾਂ ਲੈਟਰ ਜਾਰੀ ਕੀਤਾ ਗਿਆ ਹੈ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਪ੍ਰੈਸ ਕਰ ਦੇਣਾ ਤਾਂ ਜੋ ਵਕ ਵਕ ਯੂਨੀਵਰਸਟੀਆਂ ਦੀ ਲੇਟੈਸਟ ਅਪਡੇਟ ਦੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸੋ ਅੱਜ ਦੀ ਵੀਡੀਓ ਸਟਾਰਟ ਕਰਨ ਜਾ ਰਹੇ ਹਾਂ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਹੀ ਰਹੇ ਹੋ 23 10 2020 ਦਾ ਇਹ ਲੈਟਰ ਹੈ ਇਸ ਲੈਟਰ ਦੇ ਵਿੱਚ ਸਬਜੈਕਟ ਉਹਨਾਂ ਨੇ ਲਿਖਿਆ ਰਿਗਾਰਡਿੰਗ ਪ੍ਰਪੋਜ਼ਡ ਡੇਟ ਸ਼ੀਟ ਐਗਜ਼ਾਮੀਨੇਸ਼ਨ ਟੂ ਬੀ ਹੈਲਡ ਇਨ ਨਵੰਬਰ 2020 ਸੋ ਐਮ ਆਰ ਐਸ ਪੀ ਟ ਯੂ ਵੱਲੋਂ ਇੱਕ ਹੋਸਟ ਡੇਟ ਸ਼ੀਟ ਜਿਹੜੀ ਹੈ ਉਹ ਵੈਬਸਾਈਟ ਦੇ ਉੱਪਰ ਅਪਲੋਡ ਕਰ ਦਿੱਤੀ ਗਈ ਹੈ ਜਿੰਨੇ ਵੀ ਰੀਪੇਅਰ ਜਾਂ ਸਪੈਸ਼ਲ ਚਾਂਸ ਦੇ ਇਗਜ਼ਾਮ ਹਨ ਉਹ 4 ਨਵੰਬਰ ਤੋਂ ਸਟਾਰਟ ਹੋ ਰਹੇ ਹਨ ਜਿਹੜੀ ਤੀਜੀ ਪੰਜਵੇਂ ਸੱਤਵੇਂ ਔਰ ਨਵੇਂ ਸੈਮੈਸਟਰ ਦੇ ਵਿਦਿਆਰਥੀ ਹਨ ਉਹਨਾਂ ਦੀ ਜਿਹੜੀ ਹੈ ਨੋਟੀਫਿਕੇਸ਼ਨ ਅਲੱਗ ਤਰੀਕੇ ਨਾਲ ਜਲਦੀ ਹੀ ਅਪਲੋਡ ਕਰ ਦਿੱਤੀ ਜਾਏਗੀ ਸਟੂਡੈਂਟ ਵੱਲੋਂ ਇਹ ਹਦਾਇਤ ਕੀਤੀ ਗਈ ਹੈ ਕੇ ਜਿੰਨੇ ਵੀ ਵਿਦਿਆਰਥੀ ਹਨ ਉਹ ਆਪਣੀ ਜਿਹੜੀ ਪ੍ਰਪੋਜ਼ਡ ਡੇਟ ਸ਼ੀਟ ਹੈ ਉਹਨੂੰ ਕਨਫਰਮ ਕਰ ਲੈਣ ਉਹਨਾਂ ਦੇ ਕਿਸੇ ਵੀ ਪੇਪਰ ਦੇ ਵਿੱਚ ਕੋਈ ਵੀ ਕਲੈਸ਼ ਹੋ ਰਿਹਾ ਹੈ ਕੋਈ ਡਿਸਕ੍ਰਿਪੈਂਸੀ ਆ ਰਹੀ ਹੈ ਤਾਂ ਉਹ 26 10 2020 ਤੱਕ ਯੂਨੀਵਰਸਿਟੀ ਨੂੰ ਇਨਫੋਰਮ ਕਰ ਸਕਦੇ ਹਨ ਔਰ ਇਥੇ ਵੀ ਦੱਸਣ ਵਿੱਚ ਆਇਆ ਕਿ ਸੇਮ ਸੈਮੈਸਟਰ ਜਾਂ ਬ੍ਰਾਂਚ ਦੇ ਜਿਹੜੇ ਮਾਰਨਿੰਗ ਔਰ ਇਵਨਿੰਗ ਟਾਈਮਿੰਗ ਦੇ ਦੋਨਾਂ ਦੋਨਾਂ ਟਾਈਮਿੰਗ ਦੇ ਵਿੱਚ ਜਿਹੜੇ ਨੇ ਉਹ ਪੇਪਰ ਹੋ ਰਹੇ ਹਨ ਜਿਹੜੀ ਫਾਈਨਲ ਡੇਟਸ਼ੀਟ ਹੈ ਉਸ ਦੇ ਵਿੱਚ ਵੀ ਚੇਂਜਸ ਹੋ ਸਕਦੇ ਹਨ ਸੋ ਜਿੰਨੇ ਵੀ ਵਿਦਿਆਰਥੀ ਹਨ ਇਹ ਫਾਈਨਲ ਡੇਟਸ਼ੀਟ ਜਿਹੜੀ ਹੈ ਉਹ 28 10 2020 ਨੂੰ ਅਪਲੋਡ ਕੀਤੀ ਜਾਏਗੀ। ਔਰ ਸਪੈਸ਼ਲ ਫਾਰਮ ਜਿੰਨੇ ਵੀ ਪੇਪਰ ਹਨ ਉਹ 27 10 ਤੋਂ ਲੈ ਕੇ 31 10 ਤੱਕ ਜਿਹੜੇ ਨੇਗੇ ਉਹ ਓਪਨ ਰਹਿਣਗੇ। ਸੋ ਜਿੰਨੇ ਵੀ ਵਿਦਿਆਰਥੀ ਰੀਪੇਅਰ ਇਗਜ਼ਾਮ ਦੇ ਵਿੱਚ ਜਾਂ ਜਨਰਲ ਜਿਹੜੇ ਦਸੰਬਰ ਦੇ ਵਿੱਚ ਇਗਜ਼ਾਮ ਹੋਣੇ ਹਨ ਨਵੰਬਰ ਦਸੰਬਰ ਦੇ ਵਿੱਚ ਉਹਨਾਂ ਦੇ ਵਿੱਚ ਫਾਰਮ ਜਿਹੜੇ ਨੇ ਉਹ ਫਿਲ ਕਰ ਸਕਦੇ ਹਨ। ਜੇਕਰ ਤੁਸੀਂ ਪ੍ਰਪੋਜ਼ਡ ਡੇਟ ਸ਼ੀਟ ਦੇਖੋਗੇ ਜਿਵੇਂ ਇਹ ਪਹਿਲਾ ਪੇਜ ਹੈ ਪੀਡੀਐਫ ਦਾ ਇਸ ਦੇ ਵਿੱਚ ਕੀ ਲਿਖਿਆ ਹੈ ਪ੍ਰਪੋਜ਼ਡ ਡੇਟ ਸ਼ੀਟ ਫਾਰ ਦਾ ਐਗਜ਼ਾਮੀਨੇਸ਼ਨ ਟੂ ਬੀ ਹੈਲਡ ਇਨ ਨਵੰਬਰ 2020 2016 17 18 19 ਵਿੱਚ ਐਂਡ 2017 18 19 ਐਡਮਿਟਿਡ ਲੀਡ ਸਟੂਡੈਂਟਸ ਜਿਹੜਾ ਸੈਸ਼ਨ ਹੈ ਉਹ ਮਾਰਨਿੰਗ ਦਾ 9:30 ਤੋਂ ਲੈ ਕੇ 12:30 ਵਜੇ ਤੱਕ ਔਰ ਇਵਨਿੰਗ ਸੈਸ਼ਨ ਜੋ ਹੈ ਉਹ 1:00 ਵਜੇ ਤੋਂ ਲੈ ਕੇ 4:30 ਵਜੇ ਤੱਕ ਰਹੇਗਾ ਤਾਂ ਇਸੇ ਤਰੀਕੇ ਨਾਲ ਜੇਕਰ ਤੁਸੀਂ ਇਸ ਪੀਡੀਐਫ ਨੂੰ نیچے ਸਕਰੋਲ ਕਰੋਗੇ ਤਾ ਅਲੱਗ-ਅਲੱਗ ਸਬਜੈਕਟ ਕੋਡ ਦੇ ਅਕੋਰਡਿੰਗਲੀ ਅਲੱਗ-ਅਲੱਗ ਕੋਰਸੇਸ ਦਾ ਜਿਵੇਂ ਬੀਟੈਕ ਦਾ ਹੈ ਬੀਟੈਕ ਸਿਵਲ ਇੰਜੀਨੀਅਰਿੰਗ ਦੇ ਪੇਪਰ ਹਨ ਤਾਂ ਇਸ ਤਰੀਕੇ ਨਾਲ ਵਕਫਾਕ ਜਿਹੜੇ ਵੀ ਕੋਰਸੇਸ ਹਨ ਉਹਨਾਂ ਦੇ ਪੋਸਟ ਡੇਟ ਸ਼ੀਟ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਅਪਲੋਡ ਕਰ ਦਿੱਤੀ ਗਈ ਹੈ ਜੇਕਰ ਤੁਸੀਂ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਹੋ ਤਾਂ ਜਲਦੀ ਤੋਂ ਜਲਦੀ ਆਪਣੀ ਪ੍ਰੋਪੋਜ਼ਡ ਡੇਟ ਸ਼ੀਟ ਜਿਹੜੀ ਹੈ ਉਹ ਚੈੱਕ ਕਰ ਲਓ ਔਰ ਜੇ ਕਿਸੇ ਰੀਪੀਅਰ ਜਾਂ ਜਰਨਲ ਐਗਜ਼ਾਮੀਨੇਸ਼ਨ ਦੇ ਵਿੱਚ ਤੁਹਾਡਾ ਕੋਈ ਪੇਪਰ ਕਲੈਸ਼ ਹੋ ਰਿਹਾ ਹੈ ਤਾਂ ਉਸ ਨੂੰ ਤੁਸੀਂ 26/10 ਤੱਕ ਜਿਹੜਾ ਉਹ ਇਨਫੋਰਮ ਕਰ ਦਿਓ ਤਾਂ ਜੋ ਯੂਨੀਵਰਸਿਟੀ ਜਿਹੜੀ ਹੈ ਉਹ ਫਾਈਨਲ ਡੇਟ ਸ਼ੀਟ 28/10 ਨੂੰ ਅਪਲੋਡ ਕਰ ਸਕੇ ਵੀਡੀਓ ਵਿੱਚ ਦੱਸੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰ ਦੇਣਾ ਜੇ ਤੁਹਾਨੂੰ ਕੋਈ ਵੀ ਕੁਐਸਚਨ ਹੈ ਜਾਂ ਤੁਹਾਡੇ ਮਾਈਂਡ ਦੇ ਵਿੱਚ ਕੋਈ ਵੀ ਕੁਇਰੀ ਹੈ ਤਾਂ ਤੁਸੀਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕੁਇਰੀ ਨੂੰ ਪੋਸਟ ਕਰ ਦੇਣਾ ਅਸੀਂ ਤੁਹਾਡੀ ਕੁਇਰੀ ਦਾ ਜਲਦੀ ਤੋਂ ਜਲਦੀ ਜਵਾਬ ਦੇਵਾਂਗੇ ਵੀਡੀਓ ਦੇਖਣ ਲਈ ਅਸ ਦੇ ਲਈ ਧੰਨਵਾਦ